ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ حاضرਾਂ ਤਿਰਸ ਸਿੰਘ ਪਿਨਾਕਲ ਮੇਰੇ ਨਾਲ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਲਵਾਉਣ ਦੇ ਬਾਦਸ਼ਾ ਨਵੀਆਂ ਫਾਈਲਸ ਤੇ ਬੜਾ ਅੱਛਾ ਰਿਜ਼ਲਟ ਆ ਰਹੇ ਨੇ ਪੀਟੀ ਤੇ ਵੀ ਬਹੁਤ ਤੇਜ਼ੀ ਦੇ ਨਾਲ ਵੀਜ਼ਾ ਤਿਰਜ ਜੀ ਦਾ ਰਿਹਾ ਪਰ ਤਿਰਜ ਜੀ ਨੇ ਕੈਨੇਡਾ ਤੋਂ ਇੱਕ ਚਿੰਤਾ ਜਨਕ ਅਪਡੇਟ ਤੇ ਅੱਜ ਡਿਸਕਸ ਕਰਨਾ ਹੈ ਕਾਫੀ ਚਿੰਤਾ ਵਾਲੀ ਗੱਲ ਕੈਨੇਡਾ ਦੇ ਵਿੱਚ ਬਣੀ ਹੋਈ ਹੈ ਕਿਸ ਗੱਲ ਦੀ ਚਿੰਤਾ ਹੈ ਉਹ ਸਾਂਝੀ ਕਰਦੇ ਹਾਂ ਤੀਰਜੀ ਸਸਟੀਕਾਲ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਾਡੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਸਟੀਕਾਲ ਦੀ। ਸੋ ਸਵਾਲ ਇਹ ਹੈ ਕਿ ਕੈਨੇਡਾ ਪੁੱਜਦੇ ਸਾਡੇ ਬੱਚੇ ਤੰਗ ਕਿਉਂ ਹੈ? ਵੀਜ਼ਾ ਲੈਣ ਲਈ ਤੀਰਜੀ ਬੜੀ ਮਿਹਨਤ ਹੁੰਦੀ ਹੈ, ਬੜਾ ਜ਼ੋਰ ਲੱਗਦਾ ਬੱਚਿਆਂ ਦਾ। ਪਰ ਜਦੋਂ ਕੈਨੇਡਾ ਪੁੱਜ ਰਹੇ ਨੇ ਤੇ ਤੰਗੀ ਫੀਲ ਕਰ ਰਹੇ ਨੇ। ਅਪੀਲ ਵੀ ਬੱਚਿਆਂ ਨੂੰ ਇੱਕ ਕਰਨੀ ਸਾਡੀ ਬਣਦੀ ਹੈ ਉਹ ਵੀ ਕਰਾਂਗੇ ਤੇ ਮਾਪੇ ਵੀ ਇਸ ਵੀਡੀਓ ਨੂੰ ਜ਼ਰੂਰ ਵੇਖਣ। ਜਿਨ੍ਹਾਂ ਦੇ ਬੱਚੇ ਕੈਨੇਡਾ ਨੇ ਮਾਪੇ ਆਪਣੇ ਬੱਚਿਆਂ ਦੇ ਨਾਲ ਸੰਪਰਕ ਚ ਜਰੂਰ ਰਹਿਣ ਚਾਹੇ WhatsApp ਤੇ ਚਾਹੇ Phone ਤੇ ਕਿਉਂਕਿ ਹੌਸਲਾ افزਾਈ ਵੀ ਬੱਚਿਆਂ ਦੀ ਬਹੁਤ ਜ਼ਰੂਰੀ ਹੈ ਸਾਡੇ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਨੇ ਤਿਰਜ ਜੀ ਕੀ ਸਥਿਤੀਆਂ ਨੇ ਕਿਵੇਂ ਅਸੀਂ ਚਿੰਤਾ ਚੋਂ ਬਾਹਰ ਕੱਢ ਸਕਦੇ ਹਾਂ ਔਰ ਚਿੰਤਾ ਨੂੰ ਚਿੰਤਾ ਦਾ ਵਿਸਥਾਰ ਵੀ ਦਿਓ ਜੀ ਤੇ ਬਿਲਕੁਲ ਸਰ ਮੈਂ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਕਹੂੰਗਾ ਮੇਰੀ ਰਿਕੁਐਸਟ ਆ ਹਰ ਬੱਚੇ ਨੂੰ ਪੇਰੈਂਟਸ ਨੂੰ ਕਿ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰੋ ਕਿਉਂਕਿ ਜ਼ਿਆਦਾਤਰ ਇਹ ਵੀਡੀਓ ਪਤਾ ਕੌਣ ਬੱਚਾ ਦੇਖ ਰਿਹਾ ਜਿਹਦਾ ਹਜੇ ਤੱਕ ਵੀਜ਼ਾ ਨਹੀਂ ਆਇਆ ਹੋਇਆ ਜਿਹੜਾ ਲਾਈਨ 'ਚ ਲੱਗਾ ਜਾਂ ਜਿਨੇ ਹਜੇ ਵੀਜ਼ਾ ਲੈਣਾ ਵਾ ਉਹ ਬੱਚਾ ਦੇਖ ਰਿਹਾ ਉਹਦੇ ਮਾਪੇ ਦੇਖ ਰਿਹਾ ਜਿਨ੍ਹਾਂ ਦੇ ਆ ਚੁੱਕਾ ਉਹ ਤਾਂ ਵਿਚਾਰੇ ਆਪਣੇ ਲਾਈਫ ਦੇ ਅਗਲੇ ਹੋਰ ਲੰਮੇ ਚੈਲੰਜਸ ਬਿਜੀ ਅਮਰੀਕਾ ਨੂੰ ਗਾ ਪ੍ਰੋਬਲਮ 'ਚ ਉਹ ਫਸੇ ਹੋਇਆ ਤੇ ਅੱਜ ਮੈਂ ਉਹਨਾਂ ਦੀ ਪ੍ਰੋਬਲਮ ਡਿਸਕਸ ਕਰਨੀ ਹੈ ਤੁਹਾਡੇ ਨਾਲ ਇੱਥੇ ਬੜੀ ਕਾਮਨ ਪ੍ਰੋਬਲਮ ਸੋ ਇਸ ਚੀਜ਼ ਨੂੰ ਮੈਂ ਕਹਿੰਦਾ ਦਬਾ ਕੇ ਤੁਸੀਂ ਸ਼ੇਅਰ ਕਰੋ ਉਹਨਾਂ ਤੱਕ ਵੀ ਪਹੁੰਚੇ ਕਿਉਂਕਿ ਇਹਦਾ ਜਿਹੜਾ ਮੁੱਦੇ ਨਾ ਦੋ ਅ ਨਹੀਂ ਕਰਦੀ ਕਿਸੇ ਨੂੰ ਇਹ ਵੀ ਨਾ ਲੱਗੇ ਕਿ ਹਾਂ ਵੀ ਸ਼ਾਇਦ ਕਾਰੋਬਾਰ ਕਰਕੇ ਕਹਿ ਰਿਹਾ ਸੋ ਜੇ ਤੁਸੀਂ ਸੁਣੋਗੇ ਤੁਹਾਨੂੰ ਕਲੈਰਿਟੀ ਹੋਊਗੀ ਸੋ ਮੈਂ ਪਹਿਲੇ ਮੁੱਦੇ ਤੇ ਆਉਣਾ ਚਾਹੂੰਗਾ ਪ੍ਰੋਬਲਮ ਕੀ ਹੈਗੀ ਆ ਪਹਿਲੀ ਪ੍ਰੋਬਲਮ ਇਹ ਹੈਗੀ ਆ ਕਿ ਆਪਾਂ ਵੀਜ਼ਾ ਨੂੰ ਏਡੀ ਵੱਡੀ ਤਵੱਜੂ ਦੇ ਰਹਿੰਦੇ ਆ ਨਾ ਏਡੇ ਚਾਹ ਮੈਂ ਤਾਂ ਕਹੂੰਗਾ ਇੰਨੀਆਂ ਸੁੱਖਾਂ ਸੁਖ ਲੇਦੀਆਂ ਗੁਰਦੁਆਰੇ ਮੰਦਰਾਂ ਜਾ ਕੇ ਕਿ ਹਾਂ ਜੀ ਵੀਜ਼ਾ ਆ ਜਾਏ ਵੀਜ਼ਾ ਆ ਜਾਏ ਮੈਂ ਤਾਂ ਕਹੂੰਗਾ ਕਿ ਰੱਬ ਨੇ ਵੀ ਕਿਤੇ ਲਿਮਟਿਡ ਕੋਟਾ ਰੱਖਿਆ ਹੁੰਦਾ ਕਿ ਹਾਂ ਵੀ ਤੂੰ ਇੰਨੀਆਂ ਮੰਗ ਸਕਦਾ ਆਪਸ ਸਾਰੀ ਵੀਜ਼ੇ ਤੇ ਮੁਕਾ ਲੇਦੀਆਂ ਤੇ ਜਦੋਂ ਬੱਚਾ ਉੱਥੇ ਪਹੁੰਚਦਾ ਨਾ ਤੇ ਸਰ ਸੱਚੀ ਗੱਲ ਦੱਸਾਂ ਜਦੋਂ ਬੱਚਾ ਤੰਗ ਹੁੰਦਾ ਨਾ ਬੱਚੇ ਨੂੰ ਜਿਆਦਾ ਤੰਗ ਉਹਦੇ ਪਿੱਛੇ ਦੂਰ ਬੈਠਾ ਮਾਪੇ ਤੰਗ ਹੁੰਦਾ ਤੇ ਸਭ ਤੋਂ ਵੱਡੀ ਬੜੀਆਂ ਸਾਰੀਆਂ ਵੀਡੀਓਜ਼ ਆ ਰਹੀਆਂ ਕੈਨੇਡਾ ਚ ਇਹ ਰਿਸੈਸ਼ਨ ਹੈ ਸੋ ਕਿਤੇ ਨਾ ਕਿਹੜੇ ਚ ਸੱਚਾਈ ਵੀ ਆ ਪਰ ਜਿਹੜਾ ਸੱਚਾਈ ਤੇ ਮੁੱਦਾ ਤੇ ਹੈਗਾ ਵੱਡੀ ਸਭ ਤੋਂ ਪ੍ਰੋਬਲਮ ਬੱਚਿਆਂ ਨੂੰ ਕੀ ਆ ਰਹੀ ਆ ਕਿ ਬੱਚਿਆਂ ਨੂੰ ਤੇ ਅਕਮੋਡੇਸ਼ਨ ਦੀ ਪ੍ਰੋਬਲਮ ਆ ਰਹੀ ਹੈ ਵੀ ਨੀ ਕਿ ਕੈਨੇਡਾ ਦੀ ਸਰਕਾਰਾਂ ਨੇ ਵੀ ਅਨਾਉਂਸਮੈਂਟ ਕਰਤੀ ਹੈ ਖ਼ਬਰਾਂ ਚ ਵੀ ਕੱਢਦਾ ਵਾ ਕਿ ਅਕਮੋਡੇਟ ਬੱਚੇ ਕਰਨਾ ਹੀ ਓਕੇ ਹੋ ਗਿਆ ਰੈਂਟ ਵੀ ਮੈਂ ਤਾਂ ਕਹਾਂਗਾ ਕਿ ਬਦਮਾਸ਼ੀ ਨਾ ਕਹਾਂਗਾ ਕਿ ਮਤਲਬ ਇਹ ਨਾਲ ਬੱਚੇ ਤਾਂ ਮੂੰਹ ਕਿ ਉਹ ਉਹਨਾਂ ਦੀ ਜਿਹੜਾ ਕੀ ਟਾਈਮ ਦਾ ਔਖੇ ਟਾਈਮ ਦਾ ਫਾਇਦਾ ਚੱਕਿਆ ਜਾ ਰਿਹਾ ਸੋ ਇਹ ਰਹਿ ਗਈ ਆ ਪ੍ਰੋਬਲਮ ਸੋ ਪ੍ਰੋਬਲਮ ਨਹੀਂ ਡਿਸਕਸ ਕਰਦਾ ਹੁਣ ਮੈਂ ਤੁਹਾਡੇ ਨਾਲ ਸੋਲੂਸ਼ਨ ਡਿਸਕਸ ਕਰਨਾ ਵਾ ਆ ਜਿਹੜੇ ਨਵੇਂ ਬੱਚਿਆਂ ਨੇ ਹੁਣ ਜਾਣਾ ਨਾ ਲਾਈਨਾਂ ਚ ਲੱਗੇ ਹੋਏ ਹਰ ਬੱਚੇ ਨੂੰ ਕਾਲੀ ਮੈਂ ਜਨਰਲ ਵਿੱਚ ਚੱਲ ਜਾ ਚਲੇ ਜਵਾਂ ਕਿਤੇ ਜਾਂ ਮਈ ਚ ਚੱਲ ਜਾਵਾਂ ਮੈਂ ਤਾਂ ਕਹਿੰਦਾ ਜਦੋਂ ਮਰਜ਼ੀ ਜਾਓ ਮੇਰੀ ਪਹਿਲੀ ਅਪੀਲ ਇਹ ਹੈਗੀ ਆ ਹਰ ਪੇਰੈਂਟਸ ਨੂੰ ਅਪੀਲ ਹੈਗੀ ਆ ਆਪਣੀ ਅਕਾਮੋਡੇਸ਼ਨ ਦਾ ਬੰਦੋਬਸ ਕਰਕੇ ਜਾਓ ਤੇ ਨਾਲ ਦੀ ਨਾਲ ਇਹਦੇ 'ਚ ਮੈਂ ਐਡ-ਆਨ ਵੀ ਕਰ ਦਵਾ ਕਿ ਪਹਿਲੋ ਮੈਂ ਵੀ ਕਹਿੰਦਾ ਹੁੰਦਾ ਸੀਗਾ ਲੋਕੇਸ਼ਨ ਨਾਲੋਂ ਜ਼ਿਆਦਾ ਜਦੋਂ ਕੋਰਸ ਨੂੰ ਬਟ ਮੈਂ ਹੁ ਸੱਚੀ ਗੱਲ ਦੱਸਾਂ ਜਿੱਦਾਂ ਬੱਚੇ ਤੰਗ ਆ ਰਹੇ ਮੈਂ ਕਹਿੰਦਾ ਨਹੀਂ ਦੇ ਦਿਓ ਲੋਕੇਸ਼ਨ ਨੂੰ ਵੀ ਅਕਾਮੋਡੇਸ਼ਨ ਕੋਈ ਨਹੀਂ ਥੋੜਾ ਜਿਹਾ ਟਾਈਮ ਲੱਗ ਜਾਏ ਇਨਟੇਕ ਡੈਫਰ ਹੋ ਜਾਏ ਕੋਈ ਨਹੀਂ ਲੋਕੇਸ਼ਨ ਨੂੰ ਵੀ ਤਵੱਜੋ ਦਿਓ ਤੇ ਨਾਲ ਦੀ ਨਾਲ ਇਹਦੇ 'ਚ ਮੈਂ ਐਡ ਵੀ ਕਰਨਾ ਚਾਹੂੰਗਾ ਐਡ ਕੀ ਕਰਨਾ ਚਾਹੂੰਗਾ ਤੁਹਾਡਾ ਕੋਈ ਉੱਥੇ ਰਿਸ਼ਤੇਦਾਰ ਆ ਭੈਣ ਭਾਈ ਆ ਚਾਚਾ ਚਾਚੀ ਮਾਮਾ ਮਮੀ ਕੋਈ ਵੀ ਰਿਸ਼ਤੇਦਾਰ ਹੈਗਾ ਨਾ ਸੋ ਅੱਜ ਮੈਂ ਪੇਰੈਂਟਸ ਆ ਪੰਜਾਬੀ ਆਪਾਂ ਤੋਂ ਬਿਲਕੁਲ ਕਹੂੰਗਾ ਉਹਦੇ ਕੋਲੋਂ ਕਮਿਟਮੈਂਟ ਲੈ ਕੇ ਜਾਓ ਕਿ ਸਾਡੇ ਧੀ ਪੁੱਤ ਨੂੰ ਕਿੰਨੀ ਦੇਰ ਸੰਭੇਗਾ ਚਾਹੇ ਫਰੈਂਡ ਸਰਕਲ ਕੋਈ ਵੀ ਜਾਣਾ ਵਾ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਬੱਚੇ ਉੱਥੇ ਜਾਂਦੇ ਆ ਤਿੰਨ ਚਾਰ ਦਿਨ ਰਹਿੰਦੇ ਆ ਫੇਰ ਕਹਿੰਦੇ ਜੀ ਭਰਾ ਤੂੰ ਹੁਣ ਆਪਣਾ ਆਪ ਦੇਖ ਲੈ ਜੇ ਗੱਲ ਤਾਂ ਉੱਥੇ ਹੀ ਹੋ ਗਈ ਉਹਦੇ ਕਰਕੇ ਉਸ ਲੋਕੇਸ਼ਨ ਤੇ ਗਏ ਸੀ ਅਗਲਾ ਕਹਿੰਦਾ ਆਪ ਦੇਖ ਲੈ ਤੇ ਫੇਰ ਅਕਾਮੋਡੇਸ਼ਨ ਚ ਬੱਚਿਆਂ ਨੂੰ ਰਿਐਲਿਟੀ ਦੇ ਵਿੱਚ ਪ੍ਰੋਬਲਮ ਆ ਰਹੀ ਆ ਸੋ ਜਿੱਥੇ ਵੀ ਤੁਸੀਂ ਜਾਣਾ ਕਮਿਟਮੈਂਟ ਕਰਕੇ ਜਾਓ ਕੋਈ ਵੀ ਅਕਾਮੋਡੇਸ਼ਨ ਵਾਲੀ ਘੱਟੋ ਘੱਟ ਤਿੰਨੇ ਮਹੀਨੇ ਦੀ ਬੱਚੇ ਦੀ ਆਪਣੇ ਅਕਾਮੋਡੇਟ ਉਹਨਾਂ ਤੋਂ ਕਮਿਟਮੈਂਟ ਲੈ ਕੇ ਚਾਹੇ ਰੈਂਟ ਦੇ ਇੰਡੀਆ ਤੋਂ ਲੈ ਕੇ ਕਿਸੇ ਤਰ੍ਹਾਂ ਵੀ ਫਰੈਂਡ ਸਰਕਲ ਨਾਲ ਲੈ ਕੇ ਉਪ ਕਨਫਰਮਡ ਕਰਕੇ ਜਾ ਦੇ ਡਰ ਜਾਂਦੇ ਆ ਕਿਉਂਕਿ ਇੱਥੇ ਕੋਈ ਕਮੀ ਨਹੀਂ ਹੈ ਕਿਸੇ ਚੀਜ਼ ਦੀ ਪਰ ਉੱਥੇ ਜਾ ਕੇ ਐਡਜਸਟਮੈਂਟ ਆ ਕੈਨੇਡਾ ਮੈਂ ਤਾਂ ਕਹੂੰਗਾ ਸਟਾਰਟਿੰਗ ਜਾਈ ਹੀ ਐਡਜਸਟਮੈਂਟ ਆ ਤੋਂ ਬੱਚਿਆਂ ਨੂੰ ਵੀ ਕਹੂੰਗਾ ਕਿ ਜਦੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੋਵੇ ਨਾ ਜਿੰਨਾ ਮਰਜ਼ੀ ਹੋਵੇ ਹੋਟਲ ਵੀ ਲੱਭਣਾ ਉਹ ਵੀ ਟਾਈਮ ਲੱਗਦਾ ਚਲੋ ਅੱਜ ਕੱਲ ਤਾਂ ਐਪ ਹੈਗੇ ਆ ਕੋਈ ਰੈਂਟ ਵਾਲੀ ਚੀਜ਼ ਲੱਭਣੀ ਉਹ ਵੀ ਟਾਈਮ ਲੱਗਦਾ ਸਮਾਂ ਲੱਗਦਾ ਇਸੇ ਲਈ ਮੈਂ ਕਹਿ ਰਿਹਾ ਇੰਡੀਆ ਤੋਂ 3 ਮਹੀਨੇ ਦੀ ਅਡਜਸਟਮੈਂਟ ਘੱਟੋ ਘੱਟ ਜਿਹੜੀ ਕੀ ਐ ਕਮੋਡੀਸ਼ਨ ਦੀ ਕਰਕੇ ਜਾਓ ਬਾਅਦ 'ਚ ਤੁਸੀਂ ਜੋ ਮਰਜ਼ੀ ਐ ਫਿਰ ਬੰਦਾ ਆਪ ਸੈਣਾ ਹੋ ਜਾਂਦਾ ਫਿਰ ਉਹਨੂੰ ਮੇਰੇ ਵਰਗੀ ਦੀ ਲੋਡ ਨਹੀਂ ਪੈਂਦੀ ਸਲਾਗਿਆ ਦੀ ਕਿ ਮੈਂ ਐਵੇਂ ਬੋਲੀ ਜਾਵਾਂ ਫਿਰ ਬੱਚਾ ਆਪ ਹੀ ਬੜਾ ਸੈਣਾ ਹੋ ਜਾਂਦਾ ਸੋ ਪਹਿਲੀ ਮੇਰੀ ਅਪੀਲ ਉਹ ਆ ਕਿ ਹਾਂਜੀ ਇਹ ਕਮੋਡੀਸ਼ਨ ਤੇ ਅੱਜ ਮੈਂ 10 ਵੀ ਦੇਵਾਂ ਵੀਜ਼ਾ ਲੱਗਾ ਕਿਤੇ ਨਾ ਕਿਤੇ ਸਾਡਾ ਕੰਮ ਖਤਮ ਹੋ ਜਾਂਦਾ ਬਟ ਮੈਂ ਕਹਿੰਦਾ ਕਿ ਨਹੀਂ ਇਹ ਸਾਡੇ ਬੱਚੇ ਜਿਹੜੇ ਹੈਗੇ ਆ ਇਸ ਕਿ ਇੱਕ ਦਿਨ ਨਾ ਕਿਤੇ ਖਰਾਬ ਨਾ ਹੋਣ ਕਿਤੇ ਨਾ ਕਿਤੇ ਇਹ ਵੀ ਲੱਗ ਹੋਣ ਕਿ ਮਾਰਕੀਟਿੰਗ ਕਰਦੇ ਆ ਜਾਂ ਸਾਡਾ ਕੰਮ ਉਹ ਐਡ ਮਸ਼ਹੂਰੀਆਂ ਕਰਕੇ ਘਟ ਰਿਹਾ ਕੈਨੇਡਾ ਤਾਂਗਾ ਬਟ ਨਹੀਂ ਮੈਂ ਤਾਂ ਕਹਿੰਦਾ ਜਿਹਨੇ ਕੈਨੇਡਾ ਜਾਣਾ ਜਾਣਾ ਸੋ ਡੇ ਬਾਏ ਡੇ ਕੰਮ ਵੱਧ ਰਿਹਾ ਡੇ ਬਾਏ ਡੇ ਬੱਚਿਆਂ ਦੇ ਨੰਬਰਸ ਵੱਧ ਰਹੇ ਆ ਡੇ ਬਾਏ ਡੇ ਇੰਡੀਆ ਦੇ ਕਾਲਜਸ ਦਾ ਨੰਬਰ ਡਾਊਨ ਆ ਰਿਹਾ ਕਿਉਂਕਿ ਹਰ ਬੱਚਾ ਜਾਣਾ ਹੀ ਕੈਨੇਡਾ ਚਾਹੁੰਦੇ ਆ ਸੋ ਕੰਮ ਸਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਬਟ ਫਿਰ ਵੀ ਮੈਂ ਕਿ ਆਸਾਨੀਆ ਤੋਂ ਤੌਰ ਤੇ ਕਹਿੰਦਾ ਕਿ ਉਹ ਜਿਹੜੀ ਪ੍ਰੈਕਟੀਕਲ ਚੀਜ਼ ਬੱਚੇ ਨੂੰ ਉੱਥੇ ਜਾ ਕੇ ਪਤਾ ਲੱਗਦਾ ਸੋ ਮੈਂ ਆਪਣਾ ਫਰ ਇਹ ਰਿਛ ਤਾਂ ਕੋਈ ਸ਼ਾਕੀ ਨਹੀਂ ਜਿਹੜਾ ਵੀ ਬੰਦਾ ਕਾਮਜਾਬਾਤ ਤੱਕ ਜ਼ਿੰਦਗੀ 'ਚ ਹੋਇਆ ਨਾ ਉਹਨੇ ਸਟਰਗਲ ਜ਼ਰੂਰ ਕੀਤੀ ਆ ਅਸਮਾ ਬੱਚਿਆਂ ਨੂੰ ਕਹੂੰਗਾ ਆਪਣੇ ਮਾਪਿਆਂ ਨੂੰ ਪੁੱਛੋ ਇੰਡੀਆ 'ਚ ਹੀ ਪੁੱਛੋ ਕਿ ਉਹਨਾਂ ਨੇ ਸਟਰਗਲ ਨਹੀਂ ਕੀਤੀ ਇੰਡੀਆ ਦੇ ਵਿੱਚ ਹਰ ਬੰਦਾ ਸਟਰਗਲ ਕਰਦਾ ਔਖਾ ਟਾਈਮ ਕੱਢਦਾ ਤਾਂ ਹੀ ਸੌਖਾ ਟਾਈਮ ਆਉਂਦਾ ਸੋ ਕੈਨੇਡਾ 'ਚ ਵੀ ਜਿਹੜੇ ਬੱਚੇ ਪਹਿਲੇ ਗਏ ਹੋਏ ਆ ਨਾ ਹਰ ਬੰਦੇ ਨੇ ਔਖਾ ਟਾਈਮ ਹੰਡਾਇਆ ਵਾ ਹਾਂ ਉੱਪਰ ਆਇਆ ਪਰ ਅੱਜ ਦੀ ਜਿਹੜੀਆਂ ਵੀਡੀਓਜ਼ ਜਿਹੜੀਆਂ ਆਉਂਦੀਆਂ ਨਾ ਤੇ तकरीबन ਉਹ ਜ਼ਿਆਦਾ ਵਾਇਰਲ ਹੁੰਦੀਆਂ ਵਾ ਜਿਨ੍ਹਾਂ ਦੇ ਵਿੱਚ ਮੈਂ ਕਹੂੰਗਾ ਮਸਾਲਾ ਜਿਨ੍ਹਾਂ ਦੇ ਵਿੱਚ ਮੈਂ ਕਹ ਉਹ ਵੀਡੀਓ ਜਿਹੜੀ ਕਿ ਆ ਜਿਆਦਾ ਵਾਇਰਲ ਹੁੰਦੀ ਆ ਸੋ ਇੱਕ ਐਗਜ਼ਾਮਪਲ ਦਊਂਗਾ ਅੱਜ ਜੇ ਦੋ ਭਰਾਵਾਂ ਦੀ ਅੱਜ ਮੈਂ ਵੀ ਵੀਡੀਓ ਪਾਵਾਂ ਨਾ ਦੋ ਭਰਾਵਾਂ ਚ ਕਿੰਨਾ ਪਿਆਰ ਆ ਦੇਖੋ ਅਸੀਂ ਦੋ ਭਰਾ ਬੜੇ ਕਿੰਨਾ ਪਿਆਰ ਆ ਸੋ ਕਿਸੇ ਨੇ ਨਹੀਂ ਦੇਖਣੀ ਅੱਜ ਮੈਂ ਕਹਿੰਦਾ ਜੀ ਦੋ ਭਰਾਵਾਂ ਦਾ ਜੀ ਅੱਜ ਜੀ ਇੱਕ ਦੀ ਜ਼ਮੀਨ ਸਾਰਾ ਖਾ ਗਿਆ ਖਾ ਗਿਆ ਜੀ ਲੁੱਟਿਆ ਗਿਆ ਜੀ ਮਸਾਲਾ ਪਾਇਆ ਹੋਵੇ ਉਹਦੇ ਵੀਵਿਊਜ਼ ਵੀ ਜਿਆਦਾ ਆਉਣੇ ਉਹਦੇ ਕਮੈਂਟ ਵੀ ਜਿਆਦਾ ਆਉਣੇ ਆ ਬੰਦਿਆਂ ਨੇ ਕਹਣਾ ਆਹ ਦੇਖ ਪਿਆਰ ਵਾਲੀ ਵੀਡੀਓ ਕੀ ਦੇਖਣੀ ਐ ਇਸ ਸੱਚਾਈ ਆ ਸੋ ਇਹ ਚੀਜ਼ਾਂ ਜਿਆਦਾ ਵਾਇਰਲ ਹੁੰਦੀਆਂ ਸੋ ਮੇਰੀ ਇੱਕ ਅਪੀਲ ਦੂਸਰੀ ਆ ਖਾਸ ਔਰ ਇਹ ਬੱਚਿਆਂ ਦਾ ਸਾਥ ਵੀ ਦੇ ਰਿਹਾ ਕਈ ਬੱਚੇ ਸੂ ਬੱਚਿਆਂ ਨੂੰ ਕਹੂੰਗਾ ਆਪਣੀ ਸਟੋਰੀ ਪਾ ਗਿਆ ਅੱਜ ਦੀ ਜਿਹੜੀ ਇੰਸਟਾਗ੍ਰam ਫੇਸਬੁਕ ਤੇ YouTube ਤੇ ਹਰ ਬੱਚਾ ਹੈਗਾ ਜਰੂਰ ਪਾਓ ਵਾਇਰਲ ਕਰੋ ਕਿ ਹਾਂਜੀ ਮੈਂ ਵੀ ਔਖਾ ਟਾਈਮ ਹੰਡਾਇਆ ਸੀ ਦੇਖੋ ਅੱਜ ਮੈਂ ਸੌਖੇ ਟਾਈਮ ਤੇ ਹੈਗਾ ਇਹਦੇ ਨਾਲ ਕੀ ਹੋਊਗਾ ਬੱਚਿਆਂ ਨੂੰ ਹਿੰਮਤ ਮਿਲੂਗੀ ਕਿਉਂਕਿ ਬੱਚੇ ਨਾ ਬੜੇ ਤੇ ਲੱਖਾਂ ਰੁਪਿਆ ਲਾ ਕੇ ਜਾ ਰਹੇ ਆ ਸਰ ਅੱਜ ਵੀ ਇੱਕ ਬੱਚਾ ਸੀਗਾ ਸਾਡੀ ਛੋਟੀ ਭੈਣ ਕਹੂੰਗਾ ਮੇਰੇ ਬੇਟੀਆਂ ਵਰਗੀ ਸੀਗੀ ਤੇ ਬੜਾ ਮੈਂ ਮੇਰਾ ਤਾਂ ਕੇਸ ਵੜਨ ਨੂੰ ਦਿਲ ਨਹੀਂ ਕਰ ਰਿਹਾ ਸੀ ਸਰ ਕਿਉਂਕਿ ਉਹਨਾਂ ਨੇ ਆਪਣਾ ਘਰ ਵੇਚ ਕੇ ਜਾਣਾ ਸੀ ਤੇ ਉਹਦੇ ਪੇਰੈਂਟਸ ਵੀ ਹੈਂਡ ਟੂ ਮਾ ਉਸ ਕਿ ਡਰ ਲੱਗਦਾ ਸੀਗਾ ਉੱਪਰੋਂ ਕੈਨੇਡਾ 'ਚ ਹਾਲਾਤ ਆ ਕੰਮ ਆ ਤੇ 19 ਸਾਲ ਬੱਚੇ ਦੀ ਉਮਰ ਆ ਸੋ ਕਿਉਂਕਿ ਜੇ ਉਹ ਇਦਾਂ ਦੀਆਂ ਵੀਡੀਓਜ਼ ਦੇਖੋ ਡੀਮੋਰਾਲਾਈਜ਼ ਹੁੰਦੀ ਸਰ ਕਿ ਇਦਾਂ ਆਪਣੇ ਆਪ ਨੂੰ ਪੇਰੈਂਟਸ ਨੂੰ ਸਪੋਰਟ ਕਰੂਗੀ ਸੋ ਇਸ ਲਈ ਮੈਂ ਕਹੂੰਗਾ ਫਾਈਨੈਂਸ਼ਲੀ ਤਾਂ ਹਰ ਕੋਈ ਬੰਦਾ ਹੈਲਪ ਕਰ ਦਿੰਦਾ ਕੋਈ ਕਾਰ ਹੀ ਦਿੰਦਾ ਫਾਈਨੈਂਸ਼ਲੀ ਜਾਂ ਦੋ ਮੈਂਟਲੀ ਹੈਲਪ ਕਰੋ ਬੱਚਿਆਂ ਦੀ ਕਿਦਾਂ ਉਹਨਾਂ ਨੂੰ ਵੀ ਦੱਸੋ ਕਿ ਤੁਸੀਂ ਵੀ ਔਖਾ ਟਾਈਮ ਹੰਡਾਇਆ ਆਜੂ ਵਧੀਆ ਸੈਟ ਆ ਤੇ ਮੈਂ ਹਰ ਉਹ ਵੀਡੀਓ ਆਪ ਪਰਸਨਲੀ ਲਾਈਕ ਕਰਦਾ ਯੈਸ ਤੇ ਬੱਚਿਆਂ ਨੇ ਇਨੀਸ਼ੀਏਟਿਵ ਸ਼ੁਰੂ ਕਰ ਵੀ ਦਿੱਤੇ ਆ ਕਈ YouTube ਵਲੌਗਰ ਸਾਡੇ ਉਹਨਾਂ ਨੇ ਇਹ ਵੀਡੀਓ ਸਿੱਧਾ ਦੀ ਪਾਉਣੀ ਸ਼ੁਰੂ ਕੀਤੀ ਆ ਘਟਿਆ ਬੰਦੇ ਜਾਰਾ ਤਰ ਦਾ ਨੈਗੇਟਿਵਿਟੀ ਆ ਜੀ ਵਾਪਸ ਆ ਰਿਹਾ ਬੱਚਾ ਤੰਗਿਆ ਜੀ ਲਾਈਨਾਂ ਲੱਗੀਆਂ ਕੰਮ ਦੇ ਹਾ ਕਿਤੇ ਨਾ ਕਿਤੇ ਸੱਚਾਈ ਵੀ ਆ ਆਪਣੇ ਕੋਲ ਸਕਿੱਲ ਹੈ ਨਹੀਂ ਬੱਚੇ ਚੋ ਤੰਗ ਹੋ ਰਹੇ ਰੈਸੈਸ਼ਨ ਆ ਟਾਈਮ ਲੱਗਣਾ ਪਰ ਇਹ ਰਹਿਣਾ ਨਹੀਂ ਆ ਇਹ ਮੇਰੀ ਅੱਜ ਮੈਂ ਕਹੂੰਗਾ ਵੀਡੀਓ ਪੱਕੀ ਸੇਵ ਕਰ ਲੋ ਨਹੀਂ ਰਹਿਣਾ ਬਟ ਗੱਲ ਕੀ ਆ ਜਿਹੜੇ ਛੋਟੇ ਬੱਚਿਆਂ ਦੇ ਜੇ ਮਾਈਂਡ ਦੇ ਇਹ ਚੀਜ਼ਾਂ ਬਹਿ ਗਈਆਂ ਇਹਨ ਸੋ ਕਿਤੇ ਨਾ ਕਿਤੇ ਆਪਾਂ ਆਪਣੇ ਬੱਚਿਆਂ ਦਾ ਆਪਣੀ ਕਮਿਊਨਿਟੀ ਦਾ ਸਾਡੇ ਆਉਣ ਵਾਲੇ ਫਿਊਚਰ ਦਾ ਨੁਕਸਾਨ ਕਰਾਂਗੇ ਸੋ ਮੈਂ ਹਰ ਬੱਚੇ ਨੂੰ ਅਪੀਲ ਕਰੂੰਗਾ ਜਿਹੜਾ ਉੱਥੇ ਪਹੁੰਚ ਕੇ ਸੈੱਟ ਹੋ ਚੁੱਕਾ ਤੇ ਜਰੂਰ ਆਪਣੀ ਵੀਡੀਓ ਪਾ ਕੇ ਵੀਰਲ ਕੋਈ ਨਾ ਕੋਈ ਹੋ ਹੀ ਜਾਣੀ ਹੈ ਜਦੋਂ ਜ਼ਿਆਦਾ ਵੀਡੀਓ ਇਦਾਂ ਦੀਆਂ ਵਾਇਰਲ ਪੋਜ਼ਿਟਿਵਿਟੀ ਦੀ ਹੋਣੀ ਸ਼ੁਰੂ ਹੋ ਗਈ ਨਾ ਨੈਗੇਟਿਵਿਟੀ ਆਪੇ ਥੱਲੇ ਆ ਜਣੀ ਸੋ ਮੇਰੀ ਇੱਕ ਅਪੀਲ ਆ ਵਿਜ਼ਿਆਂ ਦੇ ਉੱਪਰ ਉੱਠ ਕੇ ਵੀਜ਼ੇ ਦਾ ਬੇਟਾ ਲੱਗਦੇ ਰਹਿਣੇ ਆ ਜੋ ਸਾਡੀ ਕਿਸਮਤ ਹੈ ਬੱਚੇ ਚੱਲਦੇ ਰਹਿਣੇ ਆ ਬਟ ਜਿਹੜਾ ਬੱਚਾ ਅਸੀਂ ਭੇਜ ਚੁੱਕੇ ਆ ਆਲਰੇਡੀ ਜਾਂ ਜਿਹੜਾ ਅੱਜ ਭੇਜ ਆਏਗਾ ਜਿਹੜਾ ਹੁਣ ਜਾ ਰਿਹਾ ਸੋ ਉਹਦੀ ਥੋੜੀ ਜ਼ਿਆਦਾ ਟੈਨਸ਼ਨ ਆ ਜਿਹਨੇ ਇਹਦੇ ਸੈੱਟ ਹੋਣਾ ਕਿਉਂਕਿ ਪਹਿਲੇ 3-6 ਮਹੀਨੇ ਹਰ ਬੱਚੇ ਨੂੰ ਔਖੇ ਕੱਢਨੇ ਪੈਂਦੇ ਆ ਸੋ ਉਹਨਾਂ 3-6 ਮਹੀਨਿਆਂ ਚ ਆਦੀ ਦੀ ਅਚ ਬੱਚਾ ਜਿਹੜਾ ਡਿਸਟਰਬ ਹੋ ਰਿਹਾ ਹਿਲ ਰਿਹਾ ਟੈਨਸ਼ਨ ਲੈ ਰਿਹਾ ਮੈਂ ਕਹਾਂਗਾ ਕਿ ਡਿਪਰੈਸ਼ਨ ਜੇ ਵੀ ਬੱਚੇ ਆ ਰਹੇ ਸੱਚਾਈ ਵੀ ਆ ਸੋ ਇਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਹੌਸਲਾ ਵਧਾਉਣਾ ਸਾਰੇ ਆਪੇ ਬੱਚਿਆਂ ਦਾ ਸੋ ਸਾਡੇ ਨਾਲ ਵੀ ਮੈਂ ਕਹਿੰਦਾ ਜਿਹੜੇ ਬੱਚੇ ਹੈਗੇ ਬੇਟਾ ਅੱਜ ਮੈਂ ਹੋਰ ਅਨਾਉਂਸਮੈਂਟ ਕਰ ਦਵਾਂ ਪਿਨੇਕਲ ਐਜੂਕੇਸ਼ਨ ਦੇ ਇੰਸਟਾਗ੍ਰam ਤੇ ਪੇਜ ਜਾਊਗਾ ਨਾ ਇੱਕੋ ਬੰਦੇ ਨੂੰ ਫੋਲੋ ਕੀਤਾ ਮੈਂ ਵਾ ਮੈਂ ਆਪਣੀ ਆਈਡੀ ਵੀ ਪਬਲਿਕ ਕਰਤੀ ਆ ਸਪੈਸ਼ਲੀ ਆਪਣੇ ਬੱਚਿਆਂ ਵਾਲਾ ਜਿਹੜੇ ਬੱਚੇ ਸਾਡੇ ਕੋਲ ਵੀਜ਼ਾ ਲਵਾ ਕੇ ਗਏ ਹੋਏ ਆ ਜਾਂ ਹੋਰ ਵੀ ਬੱਚੇ ਆ ਬੜਾ ਗਾਈਡੈਂਸ ਚਾਹੀਦੀ ਹਾਲਚਾਲ ਦਾ ਚਲੋ ਠੀਕ ਆ ਉਹ ਮੇਰੇ ਕੋਲ ਹੀ ਰਹਿਣੀ ਆ ਉਹ ਕੋਈ ਮੇਰੀ ਟੀਮ ਨੇ ਜਵਾਬ ਨਹੀਂ तीरत सिंह ਦਾ ਜਿਹੜਾ ਕਿ ਮੇਰਾ ਆਪਣਾ ਪੇਜ ਆ ਮੈਂ ਪਬਲਿਕ ਕਰਤਾ ਹਰ ਬੱਚੇ ਲਈ ਕਿ ਹਾਂਜੀ ਤੁਸੀਂ ਸਾਡੇ ਨਾਲ ਜੁੜ ਸਕਦੇ ਸਿਰਫ ਇੱਕੋ ਹੀ ਮਕਸਦ ਆ ਬਟਾ ਮੈਨੂੰ ਵੀ ਪਤਾ ਮੈਸੇਜ ਬੜੇ ਆਉਣੇ ਬੱਚਿਆਂ ਦੇ ਸਾਡੇ ਕੋਲ ਵੀ ਹਜ਼ਾਰਾਂ ਬੱਚਾ ਗਿਆ ਕਿ ਕਿਸੇ ਤਰ੍ਹਾਂ ਦਾ ਜੇ ਕੋਈ ਮੇਰਾ ਹੌਸਲਾ ਜਾਂ ਕੋਈ ਮੈਸੇਜ ਬੱਚੇ ਨੂੰ ਦਿੱਤਾ ਹੋ ਤਾਂ ਹੌਸਲਾ ਬੁਲੰਦੀ ਕਰੇ ਸਿਰਫ ਤਾਂ ਕਰਕੇ ਸੇ ਇਸੇ ਕਰਕੇ ਮੈਂ ਬੱਚੇ ਨੂੰ ਕਹਾਂਗਾ ਹਾਲਚਾਲ ਵਾਲੇ ਮੈਸੇਜ ਦਾ ਬਟਾ ਚੱਲਦੇ ਰਹਿਣੇ ਆ ਹਾਂ ਤੁਹਾਨੂੰ ਕੋਈ ਟੈਕਨੀਕਲ ਪ੍ਰੋਬਲਮ ਆ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਆ ਜਰੂਰ ਤੁਸੀਂ ਸਾਨੂੰ ਸਾਨੂੰ ਉੱਥੇ ਮੈਨੂੰ ਪਰਸਨਲੀ ਵੀ ਮੈਸੇਜ ਕਰ ਸਕਦੇ ਆ ਸੋ ਮੇਰੀ ਇਹ ਦੋ ਅਪੀਲ ਸੀਗੀ ਪਹਿਲੀ ਤਾਂ 3 ਮਹੀਨੇ ਦੀ ਅਕਾਮੋਡੇਸ਼ਨ ਦੂਜੀ ਚੀਜ਼ ਜਿਹੜੇ ਬੱਚੇ ਉੱਤੇ ਪਹੁੰਚ ਗਏ ਜਾਂ ਤੁਸੀਂ ਜਦੋਂ ਪਹੁੰਚ ਕੇ ਸੈੱਟ ਹੋਗੇ ਨਾ ਬੜਾ ਇੰਨੀਆਂ ਵੀਡੀਓ ਬਾਰੇ ਨੇਗੇਟਿਵਿਟੀ ਦੀ ਵੀਡੀਓ ਥੱਲੇ ਆ ਜਾਂਦੀ ਤੁਹ ਜ਼ਿੰਦਗੀ ਕਿ ਸਿਰਫ ਸੋਚ ਹੀ ਆ ਤੇ ਜੋ ਸੋਚ ਲਿਆ ਹੁੰਦਾ ਤੇ ਆਪਾਂ ਵਧੀਆ ਸੋਚਣਾ ਜੇ ਕੈਨੇਡਾ ਗਏ ਆ ਤੇ ਪੂਰਾ ਗਾਹ ਪਾਉਣਾ ਤਾਂ ਹੀ ਪਾਵਾਂਗੇ ਜੇ ਆਪਾਂ ਮੋਡਲਾ ਸਮਾਂ ਸਹੀ ਤਰੀਕੇ ਨਾਲ ਸਮਝਾਵੇਂ ਤੇ ਉਮੀਦ ਕਰਦਾ ਸਾਰੇ ਬੱਚਿਆਂ ਨੂੰ ਜਿਹੜਾ ਕੀ ਹੌਸਲਾ ਜਰੂਰ ਬਣਿਆ ਹੋਊਗਾ ਇਸ ਵੀਡੀਓ ਤੋਂ ਬਿਲਕੁਲ ਬੜੀ ਇੰਪੋਰਟੈਂਟ ਗੱਲ ਤੀਰਸਿੰਘ ਪੈਨੈਕਲ ਹੋਣਾ ਨੇ ਕੀਤੀ ਹੈ ਔਰ ਬੱਚੇ ਜ਼ਰੂਰ ਇਹਨਾਂ ਸਾਰੀਆਂ ਗੱਲਾਂ ਵੱਲ ਖਿਆਲ ਦੇਣ ਬਹੁਤ ਬਹੁਤ ਧੰਨਵਾਦ